ਸਤਿਕਾਰਯੋਗ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ, ਜਿਨ੍ਹਾਂ ਦੇ ਬਚਨ ਨਾਲ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਰਾਜ ਭਾਗ ਵੀ ਮਿਲਿਆ, ਬਹੁਤ ਸਾਰੀਆਂ ਬਰਕਤਾਂ ਮਿਲੀਆਂ, ਸਿੱਖ ਰਾਜ ਮਨੁੱਖਤਾ ਦੇ ਭਲੇ ਲਈ ਪੈਦਾ ਹੋਇਆ, ਸਾਰੀਆਂ ਮਿਸਲਾਂ ਪੂਰੀ ਕੌਮ ਅੰਦਰ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਦਾ ਬਹੁਤ ਵੱਡਾ ਸਤਿਕਾਰ ਸੀ। ਉਹਨਾਂ ਬਚਨ ਕਦੇ ਕੋਈ ਮੋੜਦਾ ਨਹੀਂ ਸੀ। ਇੱਕ ਵਾਰੀ ਨਨਕਾਣਾ ਸਾਹਿਬ ਗਏ, ਉੱਥੇ ਜਾ ਕੇ ਪੁੱਛਿਆ ਜੀ ਲੰਗਰ, ਮੰਤ ਕਹਿਣ ਲੱਗੇ ਜੀ ਕੋਈ ਆਮਦਨ ਹੀ ਨਹੀਂ ਹੈ ਅਤੇ ਲੰਗਰ ਕਿੱਥੋਂ ਚਲਾਈਏ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜਾ ਕੇ ਕਿਹਾ, ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜੀ ਦੀ ਪਾਵਨ ਪਵਿੱਤਰ ਧਰਤੀ ਹੋਵੇ, ਉਹਨਾਂ ਦੇ ਅਸਥਾਨ 'ਤੇ ਲੰਗਰ ਨਾ ਚੱਲੇ, ਉਹਨਾਂ ਸਾਰੇ ਜਗਤ ਵਿੱਚ ਲੰਗਰ ਚਲਾਏ, ਉਸ ਅਸਥਾਨ ਲਈ ਤੂੰ ਕੋਈ ਸੇਵਾ ਕਰ ਤਾਂ ਕਿ ਸਦਾ ਲਈ ਲੰਗਰ ਚੱਲਦੇ ਰਹਿਣ। ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਜੀ ਨੂੰ ਨਮਸਕਾਰ ਕਰਕੇ ਨੀਵੀਂ ਪਾ ਲਈ, ਕਹਿਣ ਲੱਗੇ ਬਾਬਾ ਜੀ ਇਹ ਤਾਂ ਮੌਕਾ ਏ, ਸਾਰੀ ਸ੍ਰਿਸ਼ਟੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਏ, ਮੈਂ ਹੁਣ ਸੇਵਾ ਕਰਾਂ ਅਤੇ ਕੀ ਕਰਾਂ, ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਮੈਨੂੰ ਦੱਸੋ ਉਹ ਕਰੀਏ, ਮੇਰੀ ਸਮਝ ਤੋਂ ਬਾਹਰ ਏ। ਕਹਿਣ ਲੱਗੇ ਨਹੀਂ, ਤੂੰ ਕੁਝ ਵੀ ਜੋ ਤੇਰੇ ਅੰਦਰ ਵੱਧ ਤੋਂ ਵੱਧ ਹੁੰਦਾ ਉਹ ਤੂੰ ਕਰ ਲੈ, ਬਾਕੀ ਗੁਰੂ ਸਾਹਿਬ ਜਾਣਨ। ਕਹਿਣ ਲੱਗੇ ਫਿਰ ਇੰਝ ਕਰੋ ਬਾਬਾ ਜੀ, ਤੁਸੀਂ ਆਪ ਘੋੜੇ 'ਤੇ ਚੜ੍ਹ ਜਾਓ, ਸੂਰਜ ਚੜ੍ਹਨ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਜ਼ਮੀਨ ਦੇ ਚਾਰ ਚੁਫੇਰੇ ਤੁਸੀਂ ਘੋੜੇ 'ਤੇ ਸਫ਼ਰ ਕਰ ਲਓਗੇ, ਉਨੀ ਜ਼ਮੀਨ ਨਨਕਾਣਾ ਸਾਹਿਬ ਦੀ ਪਾਕ ਪਵਿੱਤਰ ਸਥਾਨ ਧਰਤੀ ਨਾਲ ਲਵਾ ਦਿਆਂਗੇ। ਇਸੇ ਤਰ੍ਹਾਂ ਹੀ ਹੋਇਆ। ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਜੀ ਨੇ ਘੋੜੇ 'ਤੇ ਚੜ੍ਹ ਕੇ ਕਿਤਨੇ ਹੀ ਮੁਰੱਬੇ ਜ਼ਮੀਨ ਦੇ ਚਾਰ ਚੁਫੇਰੇ ਚੱਕਰ ਲਾਏ, ਉਹ ਸਾਰੀ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਨੇ ਨਨਕਾਣਾ ਸਾਹਿਬ 'ਤੇ ਨਾਂ ਲਵਾਈ, ਜਿਹੜੀ ਅੱਜ ਵੀ ਤੁਸੀਂ ਵੇਖੋਗੇ ਪਾਕਿਸਤਾਨ ਦਾ ਅੱਧਾ ਕੁ ਹਿੱਸਾ ਹੀ ਲਗਭਗ ਗੁਰੂ ਘਰਾਂ ਦੇ ਨਾਮ ਜ਼ਮੀਨ ਲੱਗੀ, ਉਹ ਉਦੋਂ ਹੀ ਬਾਬਾ ਜੀ ਦੇ ਬਚਨਾਂ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਵਾਈ ਸੀ।